चक्र चिन्ह अर वरन जात अर पात लीन जहे रूप रंग अर रेख पेख वो कह न सकत कहे। चल मूर्त अनुभव प्रकाश अमितो जय कोटिंद्रेन्द्रां साहे साहान गण जय त्रिपवन महीप सुर नर सुर नेत नेत बन तीर्ण कहत तै सर्वनाम कथय कवन कर्मना वर्णत सुमत। हस कृपान खंडो खड़ग टोक तबर आरती सैफ सरोही सहती यह हमारे पीर तीर तुही सहती तुही तवर तरवार नाम तिहारो जो जपै सिंध पव पार काल तुही काली तुही तेगी आरती तुही निशानी जीत की आज तुही जग भी खड़ग के तमें शरण तिहारी आप हाथ लिहू वारी सर्व ठौर मोह सहाई दुष्ट दोख ते लिहू बुझाई। नमस्कार श्री खड़ग को करो सोहित चित लाय पूर्ण करो ग्रंथे तुम करो सहाय मुकुचर शास्त्र खट पिंग गिरन चढ़ जाय अंध लख बदरो सुने जौ काल कृपा कराय कहाँ बुद्ध प्रवत शुमारी वर्ण सक मेहमा जो तिहारी हम न सकत कर सिरत तुम्हारी आप लिहो तम कथा सुधारी हम न सकत कर सिफत तुम्हारी आप लिहो तम कथा सुधारी। वाहे गुरु साहिब जियो मृग बाहन कह भगन बखानो सुतचार कह पत शब्द परमानो सतर शब्द ते अंत उचारहो सब श्री नाम तुपक चित तारहो मृग बाहन कह भगन बखानो। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬਹੁਤ ਹੀ ਸੁੰਦਰ ਜੀਵਨ ਸਜ ਰਹੇ ਹੈ। ਗ੍ਰੰਥੀ ਸਾਹਿਬਾਨ ਦੇ ਕਰ ਕਮਲਾਂ ਰਾਹੀਂ ਅਦਰ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਹੋਈ ਹੈ। ਹੁਕਮਨਾਮਾ ਲਿਆ ਗਿਆ, ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ, ਕੀਰਤਨ ਸੀਡੀ ਰਾਹੀਂ ਹੋ ਰਿਹਾ ਸੀ, ਗੁਰੂ ਕਲਗੀਧਰ ਜੀ ਦੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਇਸ ਬਾਣੀ ਵਿੱਚ ਆਪ ਜੀ ਨੇ ਸ਼ਸਤਰ ਨਾਮ ਪੁਰਾਣ ਸਿਰਲੇਖ ਕੇ ਸ਼ਸਤਰਾਂ ਦੇ ਦਿਸ਼ਟਕੂਟਾਂ ਰਾਹੀਂ ਕੋਸ਼ਾਂ ਵਿੱਚੋਂ ਕੱਢ ਕੱਢ ਕੇ ਅਨੇਕਾਂ ਨਾਮ ਲਿਖੇ ਨੇ। ਪਹਿਲਾਂ ਸ੍ਰੀ ਸਾਹਿਬ ਦੇ ਤਲਵਾਰ ਦੇ ਨਾਂ, ਉਦੋਂ ਬਾਅਦ ਵੈਰੀ ਨੂੰ ਬਸ ਕਰਨ ਵਾਸਤੇ, ਜਾਲਾ ਫੜਨ ਵਾਸਤੇ ਸਭ ਤੋਂ ਸੁਖੱਲਾ ਤਰੀਸਾ ਸੀ, ਉਹ ਗਲ ਵਿੱਚ ਫਾਹੀ ਜੀ ਪਾ ਦਿੰਦੇ ਸੀ, ਉਹ ਖਿੱਚ ਲੈਂਦੇ, ਉਹਦੇ ਨਾਲ ਕਲਜਾ ਘੁੱਟਿਆ ਜਾਂਦਾ, ਵੈਰੀ ਬੇਹੋਸ਼ ਹੋ ਜਾਂਦਾ, ਫਿਰ ਉਹਨੂੰ ਕੈਦ ਕਰ ਲੈਂਦੇ। ਇਸ ਤਰ੍ਹਾਂ ਯਾਨੀ ਸ੍ਰੀ ਸਾਹਿਬ ਨਾਲ ਤਾਂ ਜ਼ਿਆਦਾ ਨਹੀਂ ਨਾ ਫੜਿਆ ਜਾ ਸਕਦਾ, ਫਾਹੀ ਨਾਲ ਜ਼ਿਆਦਾ ਫੜਿਆ ਜਾ ਸਕਦਾ ਸੀ, ਜਿਸ ਕਰਕੇ ਦੂਜੇ ਨੰਬਰ 'ਤੇ ਫਿਰ ਫਾਹੀ ਸ਼ਸਤਰ ਦੇ ਨਾਂ ਕਸਰ ਕੀਤੇ ਨੇ। ਫਿਰ ਦੂਰੋਂ ਬੈਰੀ ਨੂੰ ਮਾਰਨਾ ਹੋਏ ਸੌਖਾ ਢੰਗ ਹੈ, ਉਹ ਹੈ ਤੀਜਾ ਸ਼ਸਤਰ ਬੰਦੂਕ। ਇਹਦੇ ਨਾਲ ਫਿਰ ਮਹਾਰਾਜ ਨੇ ਬੇਅੰਤ ਕਸਨ ਕੀਤੇ। ਪਰ ਗੁਰੂ ਘਰ ਦੇ ਵਿੱਚ ਜਿਹੜੀ ਸ੍ਰੀ ਸਾਹਿਬ ਹੈ, ਤਲਵਾਰ ਹੈ, ਇਹ ਸ਼ਸਤਰ ਮੁੱਖ ਹੈ। ਇਹ ਤਾਂ ਪੰਜ ਕੁੱਕਿਆਂ ਵਿੱਚ ਵੀ ਮਹਾਰਾਜ ਨੇ ਰੱਖੀ ਹੈ, ਕਕਾਰਾਂ ਵਿੱਚ ਕੰਘਾ ਹੈ, ਕਿਰਪਾਨ, ਕਛਹਿਰਾ ਹੈ, ਕੇਸ ਹੈ, ਕੜਾ ਹੈ। ਇਹ ਜਿਹੜੇ ਪੰਜੇ, ਇਹਨਾਂ ਤੋਂ ਕੋਈ ਵੀ ਛੁਟਕਾਰਾ ਨਹੀਂ ਹਾਸਲ ਕਰ ਸਕਦਾ, ਕੋਈ ਆਗਿਆ ਲੈ ਨਹੀਂ ਸਕਦਾ ਵੀ ਚਲੋ ਜੀ ਮੈਨੂੰ ਮਾਫ਼ ਕਰ ਦਿਓ, ਮੈਂ ਕਿਰਪਾਨ ਨਾ ਪਾਵਾਂ ਜਾਂ ਕੜਾ ਨਾ ਰੱਖਾਂ, ਕੰਘਾ ਜਾਂ ਕਛਹਿਰਾ ਨਾ ਰੱਖਾਂ। ਇਹ ਤਾਂ ਹੁਕਮ ਹੀ ਹੈ, ਇਹਨਾਂ ਵਿੱਚ ਪੰਜਾਂ ਵਿੱਚ ਨਹੀਂ ਕੋਈ ਮਾਫ਼ੀ ਹੋ ਸਕਦੀ, ਇਹ ਤਾਂ ਪਹਿਨਣੇ ਹੀ ਪਹਿਣਗੇ। ਕਈ ਲੋਕ ਕਹਿੰਦੇ ਸਾਡੇ ਬਾਬਿਆਂ ਨੇ ਕਿਹਾ ਕੋਈ ਨਹੀਂ, ਨਿੱਕੀ ਜੀ ਪਾ ਲਓ। ਇੱਕ ਚਿੰਨ੍ਹ ਜਿਹਾ ਰੱਖ ਲਓ ਵੀ ਕਿਰਪਾਨ ਹੈ। ਰੋਹੇ ਜਿਹਾ ਨੂੰ ਉਹ ਕਹਿਣ ਕਹਾਉਣ ਵਾਲੇ ਵੀ ਇਹੋ ਜਿਹੀ ਹੈ, ਉਹਨਾਂ ਦਾ ਉਹ ਫਿਰ ਹੋਈ ਮਜ਼ਾਕ ਉਡਾਉਣ ਵਾਲੇ ਵੀ ਹੈ। ਕਦੇ ਕੋਈ ਇਹੋ ਜਿਹੇ ਬਾਬਿਆਂ ਕੋਲ ਅਮਰ ਛਕਣ ਗਿਆ ਅਤੇ ਬਾਹਰ ਦੁਕਾਨ 'ਤੇ ਕਿਰਪਾਨਾਂ ਪਈਆਂ ਸੀ, ਗੰਗੇ ਪਏ ਸੀ, ਕਛਹਿਰੇ ਵੀ ਪਏ ਸੀ, ਕੰਘੇ ਵਿੱਚ ਇੱਕ ਕਿਰਪਾਨ ਜੀ ਸਿੱਕੀ ਜੀ ਉਹਨਾਂ ਦੀ ਜੜੀ ਹੋਈ ਸੀ, ਇੱਕ ਸੀ ਛੋਟੀ 4 ਇੰਚੀ। ਉਹ ਦੇਖ ਦੁੱਖ ਕੇ ਕਹਿੰਦਾ ਵੀ ਇਹ ਰੇ ਇਹਦਾ ਇੰਨੇ ਪੈਸੇ, ਇਹਦੇ ਇੰਨੇ ਪੈਸੇ। ਆਹ ਕੰਘੇ ਵਿੱਚ ਇੱਕ ਕਿਰਪਾਨ ਹੈ, ਇਹਦੇ ਨਾਲ ਵੀ ਕਹਿੰਦੇ ਸਰ ਜਾਂਦਾ ਹੈ, ਨਾਲੇ ਕੰਘਾ ਹੈ ਨਾਲੇ ਕਿਰਪਾਨ ਹੈ, ਦੋ ਕਕਾਰ ਹੈ। ਕਹਿੰਦੇ ਕੈਸ਼ ਮਾਇਆ ਕਿੰਨੀ, ਕਹਿੰਦੇ 5 ਕੁ ਪੈਸੇ। ਜੇ ਕੰਘਾ ਇਕੱਲਾ ਲੈਣਾ ਹੈ
ਫਿਰ ਕਹਿੰਦੇ 2.5 ਪੈਸੇ, ਕਹਿੰਦੇ ਵੀ 2.5 ਪੈਸੇ ਹੋਰ ਲੈਣੇ ਵਿੱਚੇ ਇਹਦੇ ਕਸ਼ਹਿਰਾ ਵੀ ਚੱਤੇ ਉਹਨਾਂ ਪਾਉਣਾ ਪਊਗਾ। ਕਹਿੰਦੇ ਵੀ ਇਹ ਤਾਂ ਮੁਸ਼ਕਿਲ ਹੈ, ਕਸ਼ਹਿਰਾ ਨਹੀਂ ਵਿੱਚ ਜੁੜਿਆ ਜਾ ਸਕਦਾ, ਇਹ ਕਿਰਪਾਨ ਤਾਂ ਅਸੀਂ ਚੜ੍ਹਤੀ ਸੌਖਾ ਢੰਗ ਕਰਤਾ ਹੈ। ਇਸ ਤਰ੍ਹਾਂ ਜਾਣੀ ਵੀ ਕਈ ਲੋਕ ਵੀ ਕਿਰਪਾਨ ਤੋਂ ਮਾਫ਼ੀ ਛੁਟਕਾਰਾ ਪਾਉਣ ਵਾਸਤੇ ਵੀ ਕੰਘੇ ਵਿੱਚ ਕਿਰਪਾਨ ਹੈਗੀ ਹੈ। ਦੇਖੋ ਇੱਕ ਕਕਾਰ ਹੀ ਹੈ, ਭਾਵੇਂ ਛੋਟਾ ਹੋਇਆ ਕੋਈ ਵੱਡਾ ਹੋਇਆ, ਹਰੇ ਛੋਟੇ ਵੱਡੇ ਵਿੱਚ ਫਰਕ ਤਾਂ ਹੈਗਾ ਹੀ ਹੈ ਨਾ। ਕਿਰਪਾਨ ਤਾਂ ਕਿਰਪਾਨ ਹੀ ਹੈ। ਹੁਣ ਸ਼ਸਤਰ ਦਾ ਕੰਮ ਥੋੜ੍ਹਾ ਜਿਹੜੀ ਕੰਘੇ ਵਿੱਚ ਜੜੀ ਹੋਈ ਹੈ ਉਹਦੇ ਨਾਲ ਮਨੁੱਖ ਆਪਣੀ ਸਵੈ ਰੱਖਿਆ ਜਾਂ ਦੂਜੇ ਦੀ ਰੱਖਿਆ ਥੋੜ੍ਹਾ ਕਰੂਗਾ, ਉਦੋਂ ਸ੍ਰੀ ਸਾਹਿਬ ਨਹੀਂ ਹੋਊਗੀ। ਇਸ ਕਰਕੇ ਜਿਹੜੀ ਉਹ ਸ੍ਰੀ ਸਾਹਿਬ ਨੂੰ ਤਾਂ ਕਿਹਾ ਵੀ ਇਹ ਤਾਂ ਕਿਸੇ ਸਮੇਂ ਇੱਧਰ ਉੱਧਰ ਕਰ ਹੀ ਨਹੀਂ ਸਕਦਾ, ਇਹ ਹਰਗਜ ਦਾ ਮਾਫਾ ਜੀ ਪੰਜਵਾਂ, ਇਹ ਪੰਜਾਂ ਵਿੱਚੋਂ ਹਰਗਜ ਕੇ ਕਦੇ ਵੀ ਇੱਕ ਵੀ ਕੋਈ ਮੁਆਫ ਨਹੀਂ ਹੋ ਸਕਦਾ ਹੈ। ਉਹ ਮਹਾਰਾਜ ਨੇ ਉਹ ਜਿਹੜਾ ਸਭ ਤੋਂ ਸਿੰਘ ਦਾ ਪਹਿਨਣ ਯੋਗ ਸ਼ਸਤਰ ਹੈ, ਪਹਿਲਾ ਕੱਕਾ ਕਿਰਪਾਨ ਹੈ, ਉਹਦੇ ਦੇਸ਼ਕੂਟਾਂ ਰਾਹੀਂ ਅਨੇਕਾਂ ਨਾਮ ਕਥਨ ਕੀਤੇ ਹੈ। ਹੁਣ ਵਧੋਕ ਦੇ ਕਰ ਰਹੇ ਹੈ ਅਨੇਕਾਂ ਨਾਂ, ਉਹ ਆਪਾਂ ਪੜ੍ਹ ਸੁਣ ਰਹੇ ਹਾਂ ਬਾਣੀ, ਕਾਫੀ ਬਾਣੀ ਆਪਾਂ ਵਿਚਾਰ ਲਈ ਹੈ, ਕਾਫੀ ਅਜੇ ਰਹਿੰਦੀ ਹੈ। ਜਿਹੜੀ ਅੱਧੀ ਕੁ ਬਾਣੀ ਤੋਂ ਉੱਤੇ ਆਪਾਂ 3 ਕੁ ਪਤਰੇ ਬਾ ਚਲੇ ਹੈ, 15 ਕੁ ਅਜੇ ਹੋਰ ਰਹਿੰਦੇ ਨੇ, 33 ਪਤਰੇ ਇਹ ਬਦੂਕ ਦੇ ਹੀ ਹੈ। ਹੋਰ ਵਿਚਾਰ 983 ਪੌੜੀਆਂ ਜਾਂ 83 ਛੰਦ ਹੋ ਗਏ ਨੇ, ਅੱਗੇ 84ਵੀਂ ਪੌੜੀ 984ਵਾਂ ਛੰਦ ਸ਼ੁਰੂ ਹੋ ਰਿਹਾ ਹੈ। ਉਹ ਜਿਵੇਂ ਵੀ ਆਉਂਦੇ ਬਚਨ ਉਹ ਮਨ ਲਾ ਕੇ ਸੁਣੀਏ ਜੀ। ਮ੍ਰਿਗ ਬਾਹਣ ਕਹਿ ਭਾਗਣ ਬਖਾਨੋ। ਹਾਂ, ਮ੍ਰਿਗ ਬਾਹਣ, ਮ੍ਰਿਗ ਦੇ ਉੱਪਰ ਵਾਹਨ ਅਸਵਾਰੀ ਕਰਨ ਵਾਲਾ, ਮਿਰਗ ਤੇ ਚੜ੍ਹਨ ਵਾਲਾ ਹੋਏ। ਹਰਨ ਦੀ ਅਸਵਾਰੀ ਚੰਦਰਮਾ ਕਰਦਾ, ਕਹਿੰਦੇ ਚਿੱਟੇ ਰੰਗ ਦੇ ਘੋੜੇ ਹੈ ਇਹਦੇ ਅਸਵਾਰੀ ਵਾਲੇ। ਇਹ ਧਰਤੀ ਦਾ ਪਰਛਾਵਾਂ ਜਾਂ ਪੈ ਕੇ ਉਹ ਕਾਲੇ ਦਾਗ ਜੇ ਵਿੱਚ ਦਿਸਦੇ ਉਹਦੇ ਵਿੱਚ, ਜਿਸ ਕਰਕੇ ਉਹਨੂੰ ਕਾਲਾ ਹਰਨ ਮੰਨ ਲਿਆ ਹੈ। ਚਿੱਟਾ ਧਰਤੀ ਦੇ ਕਾਲੇ ਜੇ ਦਾਗ ਉਹਦੇ 'ਤੇ ਮਹਿਸੂਸ ਹੁੰਦੇ ਹੈ, ਜਿਸ ਕਰਕੇ ਉਹ ਕਾਲੇ ਚਿੰਨ ਹੋਣ ਕਰਕੇ ਉਹਨੂੰ ਕਾਲਾ ਹਿਰਨ ਕਿਹਾ ਹੈ। ਉਹਦੀ ਸਵਾਰੀ ਹਰਨੀ, ਇਸ ਕਰਕੇ ਮਿਰਗ ਵਾਹਨ, ਮਿਰਗ ਤੇ ਚੜ੍ਹਨ ਵਾਲਾ, ਸਵਾਰੀ ਕਰਨ ਵਾਲਾ ਕੌਣ ਹੈ? ਚੰਦਰਮਾ। ਮਿਰਗ ਵਾਹਨ ਦਾ ਅਰਥ ਹੈ ਚੰਦਰਮਾ। ਕਹਿੰਦੇ ਪਹਿਲਾਂ ਮਿਰਗ ਵਾਹਨ ਕਹਿ ਕੇ, ਯਾਨੀ ਚੰਦਰਮਾ ਕਹਿ ਕੇ, ਫਿਰ ਭਗਣ ਬਖਾਨੋ, ਫਿਰ ਭਗਣ ਕਹਿ ਦਿਓ, ਭੈਣ ਕਹਿ ਦਿਓ। ਇਹ ਹੈ ਤਾਂ ਭਾਵੇਂ ਚੰਦਰਮਾ ਦੀ ਭੈਣ, ਚੰਦਰ ਭਗਾ ਨਦੀ ਨਹੀਂ, ਪਰ ਚੰਦਰ ਲਫ਼ਜ਼ ਪਹਿਲਾਂ ਆਇਆ ਕਰਕੇ ਨਾ, ਇਹ ਵਿਦਿਆ ਦਾ ਚਮਤ ਹੈ, ਪ੍ਰਹਿਬਾਚੀ ਲਫ਼ਜ਼ ਹੈ ਵੀ ਜੇ ਚੰਦਰ ਆ ਗਿਆ ਤਾਂ ਫਿਰ ਭਗਾ ਵੀ ਨਾਲ ਹੈ। ਇਸ ਤਰ੍ਹਾਂ ਵੀ ਚੰਦਰ ਭਗਾ ਪਹਿਲਾਂ ਕਹੋ, ਰੋ
ਉਹਦੇ ਨਾਲ ਸੰਬੰਧ ਰੱਖਣ ਵਾਲੀ ਨਦੀ ਆਖੋ ਸੁਤਚਾਰ ਕਹਿ ਪਤ ਧਰਤੀ ਆਖੋ ਸੁਤਚਾਰ ਕਹਿ ਪਤ ਸ਼ਬਦ ਪ੍ਰਮਾਨੋ ਉਹ ਜਿਹੜੀ ਚੰਦਰ ਭਗਾ ਨਦੀ ਹੈ ਜਿਹਨੂੰ ਚਨਾ ਵੀ ਕਹਿੰਦੇ ਨੇ ਤੇ ਉਹ ਨਦੀ ਦਾ ਪੁੱਤ ਹੈ ਘਾ ਘਾ ਹੀ ਪੈਦਾ ਹੁੰਦਾ ਨਦੀ ਤੇ ਆ ਹੋਰ ਬੀਆਬਾਨ ਵਿੱਚ ਜਿੱਥੇ ਮਾਰੂ ਸਾਲ ਉੱਥੋਂ ਥੋੜੋ ਹੁੰਦਾ ਘਾਹ ਪੈਦਾ ਇੱਥੇ ਹਮੇਸ਼ਾ ਰਹਿੰਦਾ ਇਸ ਕਰਕੇ ਉਹਦਾ ਪੁੱਤ ਘਾਹ ਉਸ ਨਦੀ 'ਤੇ ਜਿਹੜਾ ਘਾਹ ਉੱਗਿਆ ਉਹਨੂੰ ਚਿਰਨ ਵਾਲਾ ਵਿਸ਼ੇਸ਼ ਕਰਕੇ ਹੁੰਦਾ ਹਰਨ ਅਤੇ ਹਰਨ ਦਾ ਅੱਗੇ ਸਾਮੀ ਹੈ ਰਾਜਾ ਹੈ ਸ਼ੇਰ ਸਤਰ ਸ਼ਬਦ ਤੇ ਅੰਤ ਉਚਾਰ ਹੋਰ ਤੇ ਉਹ ਸ਼ੇਰ ਦਾ ਬੈਰੀ ਸ਼ਬਦ ਉਚਾਰਨ ਕਰ ਦਿਓ ਬੈਰਨ ਆਖ ਦੇਵੋ ਸਭ ਸ੍ਰੀ ਨਾਮ ਤੁਪਕ ਚਿਤ ਧਾਰ ਹੋ ਹਾਂ ਸਾਰੇ ਫਿਰੇ ਸਵਾਈ ਮਾਨ ਬਦੂਕ ਦੇ ਨਾ ਹੋ ਜਾਣਗੇ ਚਿਤ ਵਿੱਚ ਝਾਰ ਲਓ ਚਿਤ ਵਿੱਚ ਵਸਾ ਲਓ ਚਿਤ ਵਿੱਚ ਯਾਦ ਰੱਖ ਲਓ ਹਿਰਨ ਰਾਟ ਕਹਿ ਭਗਨ ਉਚਾਰ ਹੋ ਹਾਂ ਫਿਰ ਪਹਿਲਾਂ ਮਿਰਗ ਬਾਹਨ ਕਿਹਾ ਸੀ ਫਿਰ ਉਸ ਨੂੰ ਕੋਸ਼ ਅਨੁਸਾਰ ਉਹ ਹਿਰਨ ਰਾਟ ਕਹਿੰਦੇ ਹਿਰਨ ਦਾ ਜਾਣੀ ਹਰਨ ਦਾ ਰਾਜਾ ਉਹਦਾ ਮਾਲਕ ਸਵਾਮੀ ਉਹ ਹੈ ਚੰਦਰਮਾ ਕਿਉਂ ਕਹਿੰਦੇ ਹਿਰਨ ਰਾਟ ਚੰਦਰਮਾ ਕਹਿ ਕੇ ਫਿਰ ਭਗਣ ਕਹਿ ਦਿਓ ਜਾਣੀ ਚੰਦਰ ਭਗਾ ਨਦੀ ਕਹਿ ਦੇਵੋ ਸੁਤਚਾਰ ਕਹਿ ਨਾਇਕ ਪਦ ਡਾਰ ਨਦੀ ਤੇ ਉਹਦਾ ਪੁੱਤਰ ਪੈਦਾ ਹੋਣ ਵਾਲਾ ਕਾਹ ਨੂੰ ਚਰਨ ਵਾਲਾ ਹਰਨ ਫਿਰ ਉਹਦਾ ਹਰਨ ਦਾ ਮਾਲਕ ਸਵਾਮੀ ਲਿਖ ਦਿਓ ਸਤਰ ਸ਼ਬਦ ਕੋ ਬਾਹਰ ਪ੍ਰਣਿਜੈ ਜਿਹੜਾ ਹਰਨ ਦਾ ਮਾਲਕ ਹੈ ਸਵਾਮੀ ਸ਼ੇਰ ਉਹਦਾ ਬੈਰੀ ਸ਼ਬਦ ਕਹਿੰਦੇ ਕਥਨ ਕਰ ਦਈਏ ਨਾਮ ਤੁਪਕ ਕੇ ਸਕਲ ਲਹਿਜੈ ਸਾਰੇ ਨਾਮ ਫਿਰ ਬੰਦੂਕ ਦੇ ਬਣ ਜਾਂਦੇ ਲੈ ਲਿਜੈ ਕੀਏ ਜਾਣ ਲਈਏ ਸਮਝ ਲਈਏ ਸ੍ਰਿੰਗ ਬਾਹਣੀ ਭਗਾ ਪ੍ਰਣਿਜੈ ਹਾਂ ਸਿੰਘਾ ਵਾਲਾ ਹੁੰਦਾ ਹੈ ਹਰਨ ਉਹਦੇ ਤੇ ਚੜ੍ਹਨ ਵਾਲਾ ਹੁੰਦਾ ਚੰਦਰਮਾ ਜੋ ਸ੍ਰਿੰਗ ਬਾਣੀ ਦਾ ਅਰਥ ਹੋ ਗਿਆ ਚੰਦਰਮਾ ਫਿਰ ਅੱਗੇ ਭਗਾ ਸ਼ਬਦ ਕਹਿ ਦਿਓ ਚੰਦਰ ਭਗਾ ਨਦੀ ਕਹਿ ਦਈਏ ਜਾਚਾਰ ਕਹਿ ਪਤ ਸ਼ਬਦ ਤਰਜੈ ਮੇਰੋ ਰਾਜਾ ਪੁੱਤ ਕਹਿ ਦਿਓ ਨਦੀ ਦਾ ਚੰਦਰ ਭਗਾ ਦਾ ਘਾ ਉਹਨੂੰ ਚਰਨ ਵਾਲਾ ਹਰਨ ਕਹੋ ਫਿਰ ਮਾਲਕ ਸ਼ੇਰ ਸ਼ਬਦ ਰੱਖ ਦਈਏ ਸਤਰ ਸ਼ਬਦ ਕੋ ਬਹੁਰ ਬਖਾਨਾ ਮੇਰੀ ਫਿਰ ਮੁੜ ਕੇ ਬੈਰੀ ਜਾਂ ਬੈਰਨ ਸ਼ਬਦ ਕਹਿ ਦਿਓ ਸਭ ਸ੍ਰੀ ਨਾਮ ਤੁਪਕ ਕੇ ਜਾਨ ਖਾਲਸਾ ਜੀ ਸਾਰੇ ਬਜ਼ੁਰਗ ਦੇ ਨਾ ਹੋ ਜਾਂਦੇ ਤੁਸੀਂ ਜਾਣ ਲਓ ਮ੍ਰਿਗ ਪਤਨੀ ਕਹਿ ਭਗਣ ਪਣਜੈ ਹਰਨ ਦਾ ਮਾਲਕ ਸਵਾਮੀ ਉਹ ਇਹ ਚੰਦਰਮਾ ਹੀ ਹੈ ਇਹ ਕਹਿ ਕੇ ਲਵ ਫਿਰ ਭਗਣ ਕਹਿ ਦੇ ਚੰਦਰ ਭਗਾ ਨਦੀ ਬਣ ਗਈ ਅਰਸ ਜਾਚਾਰ ਕਹਿ ਪਤ ਸ਼ਬਦ ਤਰਜੈ ਫਿਰ ਪੈਦਾ ਹੋਣ ਵਾਲਾ ਕਹੋ ਨੂੰ ਕਰਨ ਵਾਲਾ ਕਹੋ ਫਿਰ ਉਹਦਾ ਮਾਲਕ ਸ਼ਬਦ ਰੱਖ ਦਿਓ ਸਤਰ ਸ਼ਬਦ ਕੋ ਬਹੁਰ ਬਖਾਨਾ ਮੇਰੀ ਉਹ ਮਾਲਕ ਦਾ ਬੈਰੀ ਜਾਂ ਬੈਰਨ ਸ਼ਬਦ ਕਥਨ ਕਰੋ ਸਕਲ ਤੁਪਕ ਕੇ ਨਾਮ ਮਾਨੋ ਪਰ ਵਿਸ਼ੇਸ਼ ਕਰਕੇ ਮੰਨ ਲਓ ਵੀ ਸਾਰੇ ਬਜ਼ੁਰਗ ਦੇ ਨਾ ਹੀ ਹੈ ਪ੍ਰਜਾਪਤ ਕਹਿ ਭਗਣ ਪਣਜੈ ਇੱਕੀ ਪ੍ਰਜਾਪਤ ਹੋਏ ਹੈ ਉਹ ਮਹਾਭਾਰਤ ਵਿੱਚ ਲਿਖਿਆ ਜੀ ਕੀ ਪ੍ਰਜਾਪਤ ਨਾਂ ਜਿਨ੍ਹਾਂ ਵਿੱਚੋਂ ਸਤਾਰਵਾਂ ਜਿਹੜਾ ਪ੍ਰਜਾਪਤ ਹੈ ਉਹਦਾ ਨਾਂ ਹੈ ਸੋਮ ਉਹ ਸੋਮ ਦਾ ਇੱਕ ਅਰਥ ਚੰਦਰਮਾ ਵੀ ਹੈ ਉਂਝ ਪ੍ਰਜਾਪਤੀਆਂ ਦੀ ਗਿਣਤੀ ਵਿੱਚ ਚੰਦਰਮਾ ਹੈ ਨਹੀਂ ਹੈ ਪਰ ਇੱਕ ਦਾ ਨਾਂ ਸੋਮ ਹੋਣ ਕਰਕੇ ਅਤੇ ਸੋਮ ਦਾ ਅਰਥ ਮੈਨਾ ਚੰਦਰਮਾ ਵੀ ਹੈ ਇਹ ਮਹਾਰਾਜ ਦੀ ਵਿਦਿਆ ਦਾ ਚਮਤਕਾਰ ਹੈ
ਕੀ ਪ੍ਰਜਾਪਤ ਵਿੱਚ ਇੱਕ ਦਾ ਨਾਂ ਸੋਮ ਹੈ, ਉਹਨੂੰ ਇੱਥੇ ਪ੍ਰਜਾਪਤ ਕਹਿ ਤਾ, ਚੰਦਰਮਾ ਦਾ ਨਾਂ ਲੱਤਾ। ਕਹਿੰਦੇ ਹਾਂ ਪ੍ਰਜਾਪਤ ਜਿਹਦਾ ਨਾਂ ਸੋਮ ਹੈ ਉੱਥੋਂ ਲਿਖ ਲਓ ਚੰਦਰਮਾ ਹੈ, ਚੰਦਰਮਾ ਕਹਿ ਕੇ ਫਿਰ ਭਗਣ ਭੈਣ ਕਹਿ ਦੇਈਏ, ਚੰਦਰ ਭਗਾ ਨਦੀ ਕਹਿ ਦੇਈਏ। ਸੁਤ ਚਾਰ ਕਹਿ ਪਤ ਸ਼ਬਦ ਤਰਜੈ, ਫਿਰ ਉਹਦਾ ਪੁੱਤਰ ਕਾ ਕਹਿ ਦੇਈਏ, ਉਹਨੂੰ ਚਰਨ ਵਾਲਾ ਹਰਨ ਕਹਿ ਦੇਈਏ, ਫਿਰ ਹਰਨ ਦਾ ਸਵਾਮੀ ਮਾਲਕ ਰਾਜਾ ਸ਼ਬਦ ਰੱਖ ਦੇਈਏ। ਸਤਰ ਸ਼ਬਦ ਕੋ ਬਹੁਰ ਬਖਾਨਾ, ਫਿਰ ਉਦੋਂ ਬਾਅਦ ਜਿਹੜਾ ਬੈਰੀ ਸ਼ਬਦ ਹੈ ਉਹ ਤੁਸੀਂ ਕਥਨ ਕਰ ਦੇਵੋ। ਸਕਲ ਧੁਪਕ ਕੇ ਨਾਮ ਪ੍ਰਮਾਣ, ਹਰੇ ਬਦੂਕ ਦੇ ਨਾ ਹੋ ਜਾਂਦੇ, ਪ੍ਰਮਾਣ ਕਰ ਲਓ ਪਰ ਵਿਸ਼ੇਸ਼ ਕਰਕੇ ਮੰਨ ਲਓ ਜੀ। ਛੰਦ ਮ੍ਰਿਗਨਾਥ ਭਗਣਨ ਪਾਖ, ਹਾਂ ਮ੍ਰਿਗਨਾਥ ਹਰਨ ਦਾ ਸਵਾਮੀ ਮਾਲਕ ਕਹਿ ਕੇ ਫਿਰ ਭੈਣ ਕਹਿ ਦਿਓ। ਰਿਪਨਾਥ ਚਾਰ ਪਤ ਰਾਖ, ਮ੍ਰਿਗਨਾਥ ਭਗਣ ਕਹਿ ਦੇਈ ਜੀ, ਚੰਦਰ ਭਗਾ ਨਦੀ ਉਹਦੇ ਨਾਲ ਸੰਬੰਧ ਰੱਖਣ ਵਾਲੀ ਧਰਤੀ ਅਣੀ ਵਾਲੀ, ਫਿਰ ਇਸੇ ਤਰ੍ਹਾਂ ਰੇਪਨਾਥ ਜਾਂ ਚਰਪਤ ਰਾਗ, ਇਹ ਦੋਹਾਂ ਵਿੱਚੋਂ ਜਾਂ ਰੇਪਨਾਥ ਰੱਖ ਲਓ ਸ਼ਬਦ ਜਾਂ ਚਰਪਤ ਰੱਖ ਲਓ, ਦੋਹਾਂ 'ਚ ਕੋਈ ਰੱਖ ਲਓ, ਜਾਣੀ ਉਹ ਜਿਹੜਾ ਇਹ ਮ੍ਰਿਗਨਾਥ ਹੈ ਚੰਦਰ ਵਾਲੀ ਧਰਤੀ ਹੈ, ਇਹ ਸ਼ਬਦ ਨਾਲ ਸੰਬੰਧ ਰੱਖਣ ਵਾਲੀ ਧਰਤੀ ਹੈ, ਅਤੇ ਉੱਥੇ ਪੈਦਾ ਹੋਣ ਵਾਲਾ ਜਿਹੜਾ ਘਾ ਉਹਦਾ ਬੈਰੀ ਹੈ ਹਰਨ, ਅਤੇ ਹਰਨ ਦਾ ਅੱਗੇ ਨਾਥ ਮਾਲਕ, ਇਸੇ ਤਰ੍ਹਾਂ ਉਹ ਘਾ ਨੂੰ ਚਰਕੀ ਚਰਨ ਵਾਲਾ ਹਰਨ ਹੈ, ਉਹਦਾ ਮਾਲਕ ਸ਼ੇਰ ਹੈ, ਉਹ ਭਗਣ ਜਿਹੜਾ ਜਾਜ ਸ਼ਬਦ ਹੈ ਜਾਂ ਸੁਰ ਸ਼ਬਦ ਹੈ ਇੱਥੇ ਪ੍ਰੋਗਰਾਮ ਕਰਨਾ ਹੈ, ਇਹ ਚੰਦਰਮਾ ਦਾ ਚੰਦਰ ਭਗਾ ਦਾ ਜਾ ਪੁੱਤ ਪੈਦਾ ਹੋਇਆ ਜਾਂ ਸੁਤ ਕਹੋ ਪੂਰਾ ਪੁੱਤਰ ਘਾ, ਅਰਸ ਵਾਸਤੇ ਰਿਪਨਾਲ ਚਰਪਤ ਰਾਖ, ਇਹਨਾਂ ਵਿੱਚੋਂ ਕੋਈ ਕਹੋ ਕਾਨਾਰਕ ਬੈਰੀ ਹੈ ਹਰਨੀ ਹੈ ਉਹਦਾ ਮਾਲਕ, ਘਾਹ ਨੂੰ ਚਰਨ ਵਾਲਾ ਵੀ ਹਰਨ ਹੈ, ਉਹਦਾ ਹਰਨ ਦਾ ਮਾਲਕ ਵੀ ਹੈ ਸ਼ੇਰ ਹੈ, ਔਰ ਰਿਪਨਾਥ ਦਾ ਅਰਥ ਵੀ ਇਹ ਹੋ ਕੇ ਬੈਰੀ ਸ਼ੇਰ ਹੈ, ਅਤੇ ਚਰਪਤ ਨਾਥ ਦਾ ਅਰਥ ਵੀ ਉਹ ਹਰਨ ਅਤੇ ਸ਼ੇਰ ਹੀ ਹੈ। ਰਿਪ ਸ਼ਬਦ ਬਹੁਰ ਬਖਾਨ, ਫਿਰ ਉਦੋਂ ਬਾਅਦ ਕਹਿੰਦੇ ਬੈਰੀ ਸ਼ਬਦ ਕਥਨ ਕਰਦੇ ਹੋ, ਸ਼ੇਰ ਦੀ ਬੈਰਨ ਬੰਦੂ ਕੀ ਹੈ, ਸਭ ਨਾਮ ਤੁਪਕ ਪ੍ਰਮਾਣ, ਸਾਰੇ ਬੰਦੂਕ ਦੇ ਨਾਂ ਹੈ, ਪ੍ਰਮਾਣ ਨੀ ਕਰ ਲਓ ਜਾਂ ਪਰ ਵਿਸ਼ੇਸ਼ ਕਰਕੇ ਮੰਨ ਲਓ ਜੀ। ਚੌਪਈ ਨਦੀ ਰਾਟ ਸੁਤ ਭਗਣ ਪਣਜੈ, ਹਾਂ ਹੁਣ ਨਦੀਆਂ ਦਾ ਰਾਜਾ ਕੌਣ ਹੈ ਸਮੁੰਦਰ, ਹੁਣ ਇਸ ਤਰ੍ਹਾਂ ਉੱਪਰ ਕਰਨ ਬਦਲਦੇ ਇੱਥੇ ਦਿਸ਼ਟਕੂਟ ਵਿੱਚ, ਪਹਿਲਾਂ ਨਦੀਆਂ ਦਾ ਰਾਟ ਕਹੋ, ਨਦੀਆਂ ਦਾ ਰਾਜਾ ਜਾਣੀ ਨਦੀਆਂ ਦਾ ਰਾਜਾ ਸਮੁੰਦਰ ਹੋ ਗਿਆ, ਫਿਰ ਸਮੁੰਦਰ ਦਾ ਪੁੱਤ ਹੈ ਚੰਦਰਮਾ, ਕਰੇ ਚੌਦਾਂ ਰਤਨਾਂ ਵਿੱਚ ਸੋਂ ਵੀ ਚੰਦਰਮਾ ਵੀ ਨਿਕਲਿਆ ਹੈ, ਇਸ ਕਰਕੇ ਉਹਦਾ ਪੁੱਤ ਕੋ ਚੰਦਰਮਾ ਕੋ ਸਮੁੰਦਰ ਦਾ ਪੁੱਤ ਚੰਦਰਮਾ ਕੋ ਰੋਹੀ ਭੈਣ ਚੰਦਰ ਭਗਾ ਨਦੀ ਕਰੀਏ। ਜਾਚਰ ਕਹਿ ਪਤ ਸ਼ਬਦ ਤਰਜੈ, ਉੱਥੇ ਪੈਦਾ ਹੋਣ ਵਾਲਾ ਕਾ ਕਹੋ, ਉਹਨੂੰ ਚਰਨ ਵਾਲਾ ਅੱਗੇ ਹਰਨ ਕਹੋ, ਫਿਰ ਉਹਦਾ ਮਾਲਕ ਪਰ ਸ਼ੇਰ ਸ਼ਬਦ ਰੱਖ ਦਈਏ। ਸਤਰ ਸ਼ਬਦ ਤੇ ਅੰਤ ਬਖਾਨਾ, ਇਹਨਾਂ ਦੇ ਅੰਤ ਤੇ ਅਖੀਰ ਤੇ ਬੈਰੀ ਜਾਂ ਬੈਰਨ ਸ਼ਬਦ ਕਥਨ ਕਰ ਦੇ। ਸਭ ਸ੍ਰੀ ਨਾਮ ਤੁਪਕ ਅਨਮਾਨ, ਅਨਮਾਨ
ਵਿਸ਼ੇਸ਼ ਕਰਕੇ ਮਨੋ ਸਾਰੇ ਦੇ ਬਰੂਕ ਦੇ ਨਾ ਹੀ ਹੈ। ਸਮੁੰਦਰਜ ਕਹਿ ਭਗਣ ਪਣਜੈ, ਆ ਸਮੁੰਦਰ ਵਿੱਚੋਂ ਜਾ ਪੈਦਾ ਹੋਣ ਵਾਲਾ ਸਮੁੰਦਰ ਦਾ ਜਾ ਪੁੱਤ ਚੰਦਰਮਾ, ਫਿਰ ਅੱਗੇ ਭੈਣ ਕੋ ਚੰਦਰ ਭਗਾ ਨਦੀ, ਉਹਦੇ ਨਾਲ ਸੰਬੰਧ ਰੱਖਣ ਵਾਲੀ ਧਰਤੀ ਕਥਨ ਕਰੀਏ। ਜਾਚਾਰ ਕਹਿ ਪਤ ਸ਼ਬਦ ਪੈਦਾ ਹੋਣ ਵਾਲਾ ਕਾਨ ਚਿਰਨ ਵਾਲਾ ਹਰਨ ਕਹੀਏ, ਫਿਰ ਮਾਲਕ ਸ਼ਬਦ ਰੱਖ ਦਈਏ। ਸ਼ੇ ਸਤਰ ਸ਼ਬਦ ਤੇ ਅੰਤ ਉਚਾਰ ਅਖੀਰ ਤੇ ਜਿਹੜਾ ਬੈਰੀ ਜਾਂ ਬੈਰਨ ਸ਼ਬਦ ਉਚਾਰਨ ਕਰਦੇ, ਨਾਮ ਤੁਪਕ ਕੇ ਸਭ ਜੀ ਧਾਰ, ਸਾਰੇ ਬਜ਼ੁਰਗ ਦੇ ਨਾ ਹੀ ਹੈ ਜੀ ਵਿੱਚ ਦਿਲ ਵਿੱਚ ਧਾਰ ਲਓ, ਦਿਲ ਵਿੱਚ ਵਸਾ ਲਓ ਜੀ। ਨਦੀ ਰਾਟ ਸੁਤ ਭਗਣ ਉਚਾਰੋ, ਨਦੀਆਂ ਦਾ ਰਾਜਾ ਸਮੁੰਦਰ ਉਹਦਾ ਪੁੱਤਰ ਚੰਦਰਮਾ, ਉਹਦੀ ਭੈਣ ਚੰਦਰ ਭਗਾ ਨਦੀ ਕਹੋ ਪਹਿਲਾਂ। ਜਾਚਰ ਕਹਿ ਪਤ ਪਦ ਦੈ ਡਾਰੋ, ਨਦੀ ਤੇ ਪੈਦਾ ਹੋਣ ਵਾਲਾ ਉਹਦਾ ਪੁੱਤ ਕਾ ਕੋ ਨੂੰ ਚਰ ਵਾਲਾ ਹਰਨ ਕਹੋ, ਫਿਰ ਮਾਲਕ ਸ਼ੀਰ ਪਦੇ ਲੈ ਲਿਖਦੇ ਹੋ। ਸਤਰ ਸ਼ਬਦ ਕਹ ਬਹਰ ਬਖਾਨਾ, ਫਿਰ ਬੈਰੀ ਸ਼ਬਦ ਕਥਨ ਕਰਦੇ ਹੋ। ਸਕਲ ਤੁਪਕ ਕੇ ਨਾਮ ਅਨਮਾਨ, ਵਿਸ਼ੇਸ਼ ਕਰਕੇ ਮੰਨ ਲਓ ਇਕਰਾ ਸਾਰੇ ਦੇ ਬਜ਼ੁਰਗ ਦੇ ਨਾ ਹੈ। ਸਮੁੰਦਰਜ ਭਗਣਨ ਆਦਪਣ ਜੈ, ਆ ਸਮੁੰਦਰ ਤੋਂ ਜਾ ਪੈਦਾ ਹੋਣ ਵਾਲਾ ਹੋਏ ਚੰਦਰਮਾ, ਉਹਦੀ ਭਗਣ ਭੈਣ ਚੰਦਰ ਭਗਾ ਨਦੀ, ਉਹਦੇ ਨਾਲ ਸੰਬੰਧ ਰੱਖਣ ਵਾਲੀ ਧਰਤੀ ਕਹੀਏ। ਜਾਚਾਰ ਕਹਿ ਪਤ ਸ਼ਬਦ ਤਰਿਜੈ, ਧਰਤੀ ਤੋਂ ਪੈਦਾ ਹੋਣ ਵਾਲਾ ਕਾਂ ਨੂੰ ਚਰਨ ਵਾਲਾ ਹਰਨ, ਫਿਰ ਮਾਲਕ ਸ਼ੇਰ ਸ਼ਬਦ ਰੱਖ ਦਈਏ। ਸਤਰ ਸ਼ਬਦ ਤੇ ਅੰਤ ਬਖਾਨਾ, ਇਹਨਾਂ ਦੇ ਅਖੀਰ ਤੇ ਬੈਰੀ ਜਾਂ ਬੈਰਨ ਸ਼ਬਦ ਕਥਨ ਕਰਦੇ ਹੋ। ਸਭ ਸ੍ਰੀ ਨਾਮ ਤੁਪਕ ਕੇ ਜਾਨੋ, ਸਾਰੇ ਬਦੂਕ ਦੇ ਨਾ ਹੀ ਹੈ ਜਾਣ ਲਓ ਤੁਸੀਂ। ਮ੍ਰਿਗ ਜਾ ਭਗਣਨ ਆਦ ਉਚਾਰੋ, ਹਾਂ ਮ੍ਰਿਗ ਜਾਨ ਜਿਹੜਾ ਭਗਣਨ ਦੇ ਨਾਲ ਨੰਨਾ ਲੱਗੇ, ਹਰ ਸਵਾਸ ਤੇ ਮ੍ਰਿਗ ਦੇ ਨਾਲ ਮ੍ਰਿਗ ਜਾਨ ਕਰ ਲੈਣਾ, ਮ੍ਰਿਗ ਤੇ ਜਾਨ ਅਸਵਾਰੀ ਕਰਨ ਵਾਲਾ, ਜਾਨੋ ਅਸਵਾਰੀ ਦਾ ਹੁੰਦਾ ਮ੍ਰਿਗ ਤੇ ਚੜ੍ਹਨ ਵਾਲਾ ਚੰਦਰਮਾ, ਮਿਰਗ ਜਾਲਾ ਜਾਨ ਅਰਥ ਚੰਦਰਮਾ ਹੋ ਗਿਆ, ਭਗਣ ਭੈਣ ਹੋ ਗਿਆ, ਇੱਥੋਂ ਬਣ ਗਿਆ ਚੰਦਰ ਭਗਾ ਨਦੀ, ਉਹਦੇ ਨਾਲ ਸੰਬੰਧ ਰੱਖਣ ਵਾਲੀ ਧਰਤੀ ਉਹ ਪਹਿਲਾਂ ਲਵਜੇ ਕਹੋ ਤੁਸੀਂ। ਜਾਚਾਰ ਕਹਿ ਪਤ ਪਦ ਦੈ ਡਾਰੋ, ਫਿਰ ਉਸ ਨਦੀ ਤੇ ਪੈਦਾ ਹੋਣ ਵਾਲਾ ਉਹਦਾ ਪੁੱਤ ਕਾ ਕਹੋ, ਕਰਨ ਵਾਲਾ ਫਿਰ ਖਾਣ ਵਾਲਾ ਹਰਨ ਕਹਿ ਦਿਓ, ਫਿਰ ਉਹ ਜਿਹੜਾ ਘਾ ਚਰਨ ਵਾਲਾ ਹਰਨ ਉਹਦਾ ਮਾਲਕ ਰਾਜਾ ਸ਼ੇਰ ਪਦ ਲਿਖ ਦਿਓ। ਰਿਪ ਪਦ ਤਾ ਕੇ ਅੰਤ ਬਖਾਨਾ, ਅਖੀਰ ਤੇ ਕਹਿੰਦੇ ਉਸ ਸ਼ੇਰ ਦਾ ਬੈਰੀ ਪਦ ਤੁਸੀਂ ਕਥਨ ਕਰ ਦਿਓ। ਸਕਲ ਤੁਪਕ ਕੇ ਨਾਮ ਅਨਮਾਨ, ਫਿਰ ਸਾਰੇ ਬੰਦੂਕ ਦੇ ਨਾਂ ਹੈ, ਸ਼ੇਰ ਦੀ ਬੈਰਨ ਬੰਦੂਕ ਕੀ ਹੈ। ਨਦਿਸਜ ਭਗਣ ਆਦ ਪਦ ਦੀ ਜੈ, ਨਦੀਆਂ ਦਾ ਐਸ਼ ਈਸ਼ਰ ਨਦੀਆਂ ਦਾ ਮਾਲਕ ਉਹ ਹੈ ਸਮੁੰਦਰ, ਫਿਰ ਉਹ ਸਮੁੰਦਰ ਵਿੱਚੋਂ ਜਾ ਪੈਦਾ ਹੋਣ ਵਾਲਾ ਉਹਦਾ ਪੁੱਤ ਹੈ ਚੰਦਰਮਾ, ਉਹਦੀ ਛੋਟੀ ਭੈਣ ਇਹ ਚੰਦਰ ਭਗਾ ਨਦੀ ਪਦ ਲਿਖ ਦਈਏ। ਜਾਚਾਰ ਕਹਿ ਪਤ ਸ਼ਬਦ ਤਰੀ, ਨਦੀ ਦਾ ਪੁੱਤ ਹੈ ਕਾ ਨੂੰ ਖਾਣ ਵਾਲਾ ਹਰਨ, ਫਿਰ ਮਾਲਕ ਸ਼ਬਦ ਸ਼ੇਰ ਰੱਖ ਦਈਏ। ਸਤਰ ਸ਼ਬਦ ਕੋ ਬਹੁਰ ਬਖਾਨ, ਸ਼ੇਰ ਦਾ ਜਿਹੜਾ ਕਬੈਰੀ ਸ਼ਬਦ ਸੀ ਕਥਨ ਕਰ ਦੇ ਵੋ। ਸਭ ਸ੍ਰੀ ਨਾਮ ਤੁਪਕ ਕੇ ਜਾਨੋ, ਬਜ਼ੁਰਗ ਦੇ ਨਾ ਹੀ ਸਾਰੇ ਹੋ ਜਾਣਗੇ ਸਿੰਘੋ ਜਾਣ ਲਓ ਜੀ। ਨਦ ਨਾਇਕ ਕਹਿ ਭਗਣਨ ਭਾਖੋ, ਆ ਪਹਿਲਾਂ ਨਦੀਆਂ ਦਾ ਨਾਇਕ ਮਾਲਕ ਕਹਿ ਦਿਓ, ਉਹ ਹੈ ਸਮੁੰਦਰ, ਫਿਰ ਜਾਓ ਉੱਤੋਂ ਗ੍ਰਹਿਣ ਕਰੋ ਅਰਥ ਵਾਸਤੇ, ਉਹ ਸਮੁੰਦਰ ਚੋਂ ਪੈਦਾ ਹੋਣ ਵਾਲਾ ਉਤਪੰਨ ਹੋਣ ਵਾਲਾ ਚੰਦਰਮਾ ਕਹੋ,
ਫਿਰ ਉਹਦੀ ਛੋਟੀ ਭੈਣ ਕਹਿ ਦਿਓ ਚੰਦਰ ਭਗਾ ਨਦੀ ਬਣ ਗਿਆ ਅਰਥ। ਸੁਤ ਚਾਰ ਕਹਿ ਨਾਇਕ ਪਦ ਰਾਖੋ, ਫਿਰ ਨਦੀ ਤੋਂ ਪੁੱਤ ਕਾ ਨੂੰ ਚਰਨ ਵਾਲਾ ਹਰਨ, ਫਿਰ ਮਾਲਕ ਸ਼ੇਰ ਹੈ। ਇਹ ਪਿਛਲੇ ਜਿਹੜੇ ਸ਼ਬਦ ਹੈ ਸਾਰੇ ਉਹੀ, ਇੱਕੋ ਇੱਕ ਜਿਹੜਾ ਪਹਿਲਾ ਲਫਜ਼ ਹੈ ਉਹਦੇ ਵਿੱਚ ਹੀ ਕੋਸ਼ਿਆਂ ਅਨੁਸਾਰ ਅਦਲ ਬਦਲ ਕੀਤੀ ਬਾਹਰ ਆਏ ਨੇ। ਸਤਰ ਸ਼ਬਦ ਤੇ ਹੇ ਅੰਤ ਬਖਾਨੋ, ਮੇਰੀ ਜਿਹੜਾ ਬੈਰੀ ਸ਼ਬਦ ਕਥਨ ਕਰੋ। ਸਭ ਸ੍ਰੀ ਨਾਮ ਤੁਪਕ ਕੇ ਜਾਣੋ, ਸਾਰੇ ਬਦੂਕ ਦੇ ਨਾ ਜਾਣ ਲੋ ਜੀ ਤੁਸੀਂ। ਸਰ ਤਿਸ ਭਗਣਨ ਆਦਿ ਪਿਣ ਜੈ, ਸਰ ਤਨੋ ਨਦੀਆਂ ਦਾ ਹੁੰਦਾ ਇਸੇ ਦੇ ਵਿੱਚੋਂ ਹੋ ਕੀੜੀ ਨਿਕਲਿਆ ਸਰਤ ਇਸ ਬਣਜੋ ਨਦੀਆਂ ਦਾ ਈਸ਼ਰ ਨਦੀਆਂ ਦਾ ਸਵਾਮੀ ਉਹ ਸਮੁੰਦਰ ਹੈ ਅਤੇ ਉੱਤੋਂ ਲਾਓ ਤੁਸੀਂ ਸੁੱਤ, ਫਿਰ ਇਹਦਾ ਸਮੁੰਦਰ ਦਾ ਪੁੱਤਰ ਹੈ ਚੰਦਰਮਾ ਅਤੇ ਫਿਰ ਭਗਣ ਕਹੋ ਚੰਦਰ ਭਗਾ ਨਦੀ ਹੋ ਗਈ ਫਿਰ ਹੈ ਉਹਦੇ ਵਾਲੀ ਧਰਤੀ ਯਾਰ ਕਿਲਾ ਕਹੀਏ। ਸੁਤ ਚਾਰ ਕਹਿ ਪਤ ਸ਼ਬਦ ਜੈ, ਫਿਰ ਨਦੀ ਦਾ ਪੁੱਤ ਘਾ ਉਹਨੂੰ ਚਰਨ ਵਾਲਾ ਹਰਨ, ਫਿਰ ਉਹਦਾ ਮਾਲਕ ਸ਼ਬਦ ਸ਼ੇਰ ਰੱਖ ਦਈਏ। ਸਤਰ ਸ਼ਬਦ ਤੇ ਅੰਤ ਬਖਾਨ, ਇਹਦੇ ਅੰਤ ਤੇ ਅਖੀਰ ਤੇ ਬੈਰੀ ਬੈਰਨ ਸ਼ਬਦ ਕਥਨ ਕਰ ਦਿਓ। ਸਭ ਸ੍ਰੀ ਨਾਮ ਤੁਪਕ ਕੇ ਜਾਣੋ, ਸਾਰੇ ਨਾਮ ਬਦੂਕ ਦੇ ਹੋ ਜਾਂਦੇ ਹੈ ਕਵੀ ਲੋਕੋ ਤੁਸੀਂ ਜਾਣ ਲਓ ਜਾਂ ਸਿੰਘੋ ਸਮਝ ਲਓ। ਸਰਤ ਇੰਦਰ ਭਗਣਨੀ ਪਣਜੈ, ਹਾਂ ਸਰਤ ਇੰਦਰਾ ਨਦੀਆਂ ਦਾ ਇੰਦਰ ਨਦੀਆਂ ਦਾ ਰਾਜਾ ਸਮੁੰਦਰ, ਜਾਂ ਉੱਤੋਂ ਗ੍ਰਹਿਣ ਕਰੋ ਜਾਂ ਸੁੱਤ ਉੱਤੋਂ ਗ੍ਰਹਿਣ ਕਰੋ, ਜਾਂ ਉਹਦਾ ਪੁੱਤ ਜਾਂ ਸੁਰਦਾਸ ਦੀ ਪੁੱਤਰੀ ਹੁੰਦੇ ਸਮੁੰਦਰ ਦਾ ਪੁੱਤਰ ਚੰਦਰਮਾ, ਭੈਣ ਕੋਇਆ ਚੰਦਰ ਭਗਾ ਨਦੀ ਪਹਿਲਾਂ ਕਹੀਏ। ਸੁਤ ਚਾਰ ਕਹਿ ਪਤ ਸ਼ਬਦ ਤਰਜੈ, ਚੰਦਰ ਭਗਾ ਨਦੀ ਦਾ ਪੁੱਤਰ ਕਹੋ ਘਾ ਉਹਨੂੰ ਖਾਣ ਵਾਲਾ ਚਰਨ ਕਹੋ, ਫਿਰ ਉਹਦਾ ਮਾਲਕ ਸ਼ੇਰ ਸ਼ਬਦ ਰੱਖ ਦੇਈ। ਸਤਰ ਸ਼ਬਦ ਕੋ ਬਹੁਰ ਬਖਾਨਾ, ਸ਼ੇਰ ਦਾ ਅੱਗੇ ਬੈਰੀ ਸ਼ਬਦ ਤੁਸੀਂ ਕਹਿ ਦਿਓ। ਸਭ ਸ੍ਰੀ ਨਾਮ ਤੁਪਕ ਪਹਿਚਾਨੋ, ਪਹਿਚਾਨ ਲਓ ਸਾਰੇ ਬਦੂਕ ਦੇ ਨਾਈ ਹੋ ਜਾਂਦੇ ਹੈ। ਅਡਿਲ ਨਿਸ ਸਿਣ ਕਹਿ ਭਗਣਨ ਪਦ ਆਦਿ ਬਖਾਨੀ ਹੈ, ਹਾਂ ਕਹਿੰਦੇ ਨਿਸ ਇਸਣ ਰਾਤ ਹੈ ਉਹਦੇ ਵਿੱਚ ਉਹਦਾ ਈਸ਼ਰ ਇਸਣ ਜਾਂ ਰਾਤ ਨੂੰ ਇਸ਼ਰੀ ਕਰਨ ਵਾਲਾ ਹਕੂਮਤ ਕਰਨ ਵਾਲਾ ਉਹ ਚੰਦਰਮਾ ਹੈ। ਉਹ ਇਸ ਤਰ੍ਹਾਂ ਫਿਰੇ ਕਹਿ ਕੇ ਨਿਸ ਇਸਣ ਜਾਣੀ ਉਹ ਰਾਤ ਦੀ ਹਕੂਮਤ ਕਰਨ ਵਾਲਾ ਰਾਤ ਦਾ ਈਸ਼ਰ ਮਾਲਕ ਚੰਦਰਮਾ, ਫਿਰ ਉਹਦਾ ਭਗਣ ਭੈਣ ਚੰਦਰ ਭਗਾ ਨਦੀ ਪਹਿਲਾਂ ਕਹੋ। ਜਾਚਰ ਕਹਿ ਨਾਇਕ ਪਦ ਬਹੁਰ ਪ੍ਰਮਾਨੀ ਹੈ, ਨਦੀ ਤੇ ਪੈਦਾ ਹੋਣ ਵਾਲਾ ਘਾ ਕਹੋ ਉਹਨੂੰ ਚਰਨ ਵਾਲਾ ਖਾਣ ਵਾਲਾ ਹਰਨ ਕਹਿ ਦਿਓ, ਫਿਰ ਉਹਦਾ ਮਾਲਕ ਸ਼ਬਦ ਕਹਿ ਦੀਏ ਸ਼ੇਰ। ਸਤਰ ਸ਼ਬਦ ਕਹੋ ਤਾਂ ਕੇ ਅੰਤ ਪਨੀਜੀ, ਇਹਨਾਂ ਦੇ ਅਖੀਰ ਤੇ ਬੈਰੀ ਵੈਰਨ ਸ਼ਬਦ ਕਥਨ ਕਰ ਲਈਏ। ਹੋ ਸਕਲ ਤੁਪਕ ਕੇ ਨਾਮ ਸੁਕਬ ਲਖ ਲੀਜੀ, ਚੰਗੇ ਵਿਦਵਾਨ ਕਈ ਲੋਕੋ ਸਾਰੇ ਬਦੂਕ ਦੇ ਨਾਈ ਬਣ ਜਾਣਗੇ ਜਾਣ ਲਈਏ। ਤਮ ਚਾਰ ਭਗਣਨ ਮੁਖ ਤੇ ਆਦਿ ਬਖਾਨੀ ਹੈ, ਹਨੇਰੇ ਨੂੰ ਚਰਨ ਵਾਲਾ ਹਨੇਰੇ ਨੂੰ ਖਾ ਜਾਣ ਵਾਲਾ ਉਹ ਕੀ ਹੈ ਚੰਦਰਮੇ ਜਦੋਂ ਚੜ ਜਾਂਦਾ ਹਨੇਰੇ ਨੂੰ ਖਤਮ ਕਰ ਦਿੰਦਾ, ਇਸ ਕਰਕੇ ਤਮ ਚਰ ਦਾ ਅਰਸ ਚੰਦਰਮਾ ਹੈ। ਫਿਰ ਅੱਗੇ ਭਗਣ ਭੈਣ ਭਗਾ
चंद्र पगा नदी मुखो पहला कहिए। चाचार कह कह पात पद बहुर परमानी है। हाँ फिर पैदा होने वाला चरण वाला फिर मालक शब्द रख दईये मन लईये। सतर शब्द को ताके अंत उचारिए। अंत ते अखीर ते जनि सारिया तो मगर बैरी जा बैरनी शब्द उचारण कर दईये। हो सकल तुपक के नाम सुबुद्ध विचारिए। बंदूक दे ना सारे हो जान गे जा हो जान गे श्रेष्ठ बुद्धि बानो विचार लईये सोच लईये। तम हर भगणन आद बखानन कीजिए। अंधेरे नू हर कीए नाश करन वाला हो चंद्रमा फिर पैन चंद्र भगा नदी पहला कहिए। सुत चार कह कह पत पद अंत पणीजिए। हरला पुत्र कह दियो काउ नू चरण वाला कह दियो हरण फिर हरण दा मालक शीर अखीर ते कथन कर दई। सतर शब्द कहता के अंत सबुद्ध कहो। श्रेष्ठ बुद्ध वाले हो फिर अखीर ते बैरी शब्द तुसी कह दियो। हो सकल तुपक के नाम अनेक प्रवीण लहो। हे प्रवीण लोक चतुर लो अनेक नाम बदूक दे हो जांदे तुसी लहो किए जान लो जान ले लो। तम आर भगणा निन्न पद प्रथम कही जी है। तम ना हनेरे दा है हनेरे दा गे अर बैरी कौन है चंद्रमा यो तम अरदा अर्थ चंद्रमा फिर अगे भैन हो गया चंद्र भगा ओदे नाल संबंध रखन वाली धरती है जरा पद सब तो पहला कह दईए। सोत चार कह पात शब्द अंत ते हो दीजिए। तेरा धरती का पुत को कौन चरण वाला हरण को खीर ते जरा लह जाए हरण दा मालक कह दिए शेर लिख दईए। सतर शब्द को ताके अंत बखानी ना लह जांदे अखीर ते बैरी जा बैरी बैरन शब्द कहंदे कथन कर दईए। हो सकल तुपक के नाम सुबुद्ध परमानी है। श्रेष्ठ बुद्ध वाले हो पर विशेष करके मन लो ये सारे बदूक दे नाई हो जांदे हान। चौपई तिमर भगणन आदपन जय। हाँ तिमर आर रसवा हनेरे दा बैरी हो दुश्मन हो चंद्रमय भगन भैन कहो चंद्र भगा नदी बन गई ओदे नाल संबंध रखन वाली धरती यों कहिए पहला। सुत चार कह पात शब्द तर जरा धरती दा पुत्र को कौन चरण वाला को हरन फिर ओदा मालक शेर शब्द रख दईए। सतर शब्द ते हे अंत बखानो इना लह जांदे अखीर ते बैरी जा बैरन शब्द तुसी कथन कर दियो। सकल तुपक के नाम पछाण नारे बदूक दे नाई हो जानगे पछाणो तुसी। तिमर नाशकार भगणन पाखो। आह हनेरे नु नाश कर देन वाला हनेरे नु खत्म कर देन वाला चंद्र मैं कह के हनेसे नु नाश कर देन वाला कह के फिर चंद्र भगण कह दो चंद्र भगा नदी कहो पहला। सुत चार कह नायक पद राखो। फिर नदी का पुत कहो कहो चरण वाला हरण कहो फिर मालक उदा रखो लेके ओ शेर हो गया। सतर शब्द को बाहर बखानो फेरी फिर जरा बैरी जा बैरन शब्द कथन कर दियो। सकल तुपक के नाम परमानो। हाँ पर विशेष करके मन लो प्रवान कर लो सारे बलूक देना है। तिमर रदन भगणनी बखानो। हाँ तिमर अर्जन आड़ाए विचों ओ तिमर अर्जन बन जाऊगा हनेरे नु अर्जन करन वाला कटन वाला नाश करन वाला वो कौन है चंद्रमा यो तिमर अर्जन चंद्रमा का ना है कोश विच
ਫਿਰ ਭਗਣੀ ਕਹੋ ਚੰਦਰ ਭਗਾ ਨਦੀ, ਕਿਉਂਕਿ ਚੰਦਰ ਨਾਰ ਹੈ ਉਹਦੇ ਨਾਲ ਫਿਰ ਸੰਬੰਧ ਰੱਖਣ ਵਾਲੀ ਨਦੀ ਪ੍ਰਹਿਵਾਚਕ ਲਫ਼ਜ਼ ਚੰਦਰ ਭਗਾ ਨਦੀ ਪਹਿਲਾਂ ਲਫ਼ਜ਼ ਕਹੋ ਸੁਤ ਚਾਰ ਕਹਿ ਨਾਇਕ ਪਦ ਠਾਨੋ, ਚੰਦਰ ਭਗਾ ਨਦੀ ਦਾ ਪੁੱਤਰ ਕਹਿ ਦਿਓ, ਫਿਰ ਉਹਨੂੰ ਪੁੱਤਰ ਨੂੰ ਚਰਨ ਵਾਲਾ ਕਹਿ ਦਿਓ, ਫਿਰ ਮਾਲਕ ਕਹਿ ਦਿਓ, ਪੁੱਤਰ ਕਾਹ ਨੂੰ ਚਰਨ ਵਾਲਾ ਹਰਨ, ਫਿਰ ਮਾਲਕ ਸ਼ੇਰ ਲਿਖ ਦਿਓ। ਸਤਰ ਸ਼ਬਦ ਕਹ ਬਹਰ ਪਣੀ, ਫਿਰ ਮੁੜ ਕੇ ਇਸ ਤਰ੍ਹਾਂ ਬੈਰੀ ਬੈਰਨੀ ਸ਼ਬਦ ਕਥਨ ਕਰ ਰਹੀ ਹੈ। ਨਾਮ ਤੁਪਕ ਕੇ ਸਭ ਲਹਿ ਲੀ ਜੈ, ਰੁਕਦੇ ਨਾ ਹੀ ਹੋ ਜਾਂਦੇ ਆ, ਲੈ ਲਈਏ ਜਾਣ ਲਈਏ। ਤਿਮਰ ਉਚਰ ਹਾ ਭਗਣ ਬਖਾਨਾ, ਅਰਥ ਵਾਸਤੇ ਤਿਮਰ ਹਾ ਉਚਰ ਭਗਣ ਬਖਾਨੋ, ਤਿਮਰ ਹਾ ਹਨੇਰੇ ਨੂੰ ਹਾ ਨਾਸ਼ ਕਰਨ ਵਾਲਾ, ਉਹ ਪਹਿਲਾਂ ਕਹਿ ਕੇ ਚੰਦਰਮੈਂ ਹਾ ਸ਼ਬਦ ਤਿਮਰ ਦੇ ਨਾਲ ਲਾਉਣਾ, ਤਿਮਰ ਹਾ ਉਚਰ ਭਗਣ ਬਖਾਨੋ, ਪਹਿਲਾਂ ਤਿਮਰ ਹਾ ਕਹੋ ਫਿਰ ਭਗਣ ਕਹੋ, ਉਹ ਜਾਣੀ ਹਨੇਰੇ ਨੂੰ ਹਾ ਨਾਸ਼ ਕਰਨ ਵਾਲਾ ਚੰਦਰਮਾ ਕਹੋ, ਫਿਰ ਭੈਣ ਕਹੋ, ਚੰਦਰ ਭਗਾ ਨਵੀਂ ਅਰਥ ਹੋ ਗਿਆ। ਸੁਤ ਚਾਰ ਕਹਿ ਪਤ ਸ਼ਬਦ ਪ੍ਰਮਾਨ, ਫਿਰ ਚੰਦਰ ਭਗਾ ਨਵੀਂ ਦਾ ਪੁੱਤਰ ਕਹੋ ਕਹਿ ਰਹੀ ਕਾ ਹੋ ਗਿਆ, ਫਿਰ ਉਹਨੂੰ ਖਾਣ ਵਾਲਾ ਕਹਿ ਰਹੀ ਹਰਨ ਹੋ ਗਿਆ, ਫਿਰ ਉਹ ਕਾ ਖਾਣ ਵਾਲੇ ਦਾ ਮਾਲਕ ਕਹਿ ਰਹੇ ਹੋਏ, ਮੰਨ ਲਈਏ ਸ਼ੇਰ ਅਰਥ ਬਣ ਗਿਆ। ਸਤਰ ਸ਼ਬਦ ਤੇ ਅੰਤ ਪਣੀਜੈ, ਇਹਨਾਂ ਦੇ ਅਖੀਰ ਤੇ ਫਿਰ ਬੈਰੀ ਸ਼ਬਦ ਬੈਰਨ ਸ਼ਬਦ ਕਥਨ ਕਰ ਦਈਏ। ਨਾਮ ਤੁਪਕ ਕੇ ਸਭ ਲਹਿ ਲੀਜੈ, ਹਾਂ ਸਾਰੇ ਬਜ਼ੁਰਗ ਦੇ ਨਾਈ ਹੈ ਜਾਣ ਲਈਏ ਸਮਝ ਲਈਏ। ਤਿਮਰ ਨਿਕੰਦਨ ਆਦ ਉਚਰੀਐ, ਹਾਂ ਤਿਮਰ ਹਨੇਰੇ ਨੂੰ ਨਿਕੰਦਨ ਕੀ ਕੱਟਣ ਵਾਲਾ ਨਾਸ਼ ਕਰਨ ਵਾਲਾ ਚੰਦਰਮਾ ਇਹ ਪਹਿਲਾਂ ਕਹੀਏ। ਭਗਣਨ ਸੁਤ ਚਾਰ ਪੁੰਨ ਪਦ ਧਰੀਐ, ਭੈਣ ਕਹਿ ਰਹੀਏ ਚੰਦਰ ਭਗਾ ਨਦੀ ਹੋ ਗਈ, ਫਿਰ ਉਹਦਾ ਪੁੱਤਰ ਕਹਿ ਰਹੀਏ ਕਾ ਹੋ ਗਿਆ, ਹੋਰ ਉਹਨੂੰ ਚਰਨ ਵਾਲਾ ਕਹੋ, ਫਿਰ ਹਰਨ ਪਾਲਾ ਅਰਥ ਹੋ ਗਿਆ, ਫਿਰ ਮਾਲਕ ਪਦ ਰੱਖ ਦਈਏ। ਸਤਰ ਸ਼ਬਦ ਤੇ ਅੰਤ ਬਖਾਨਾ, ਹਾਂ ਫਿਰ ਅਖੀਰ ਤੇ ਬੈਰੀ ਸ਼ਬਦ ਕਹਿ ਰਿਹਾ। ਸਕਲ ਤੁਪਕ ਕੇ ਨਾਮ ਪ੍ਰਮਾਨਾ, ਹਾਂ ਇਹ ਸਾਰੇ ਬਜ਼ੁਰਗ ਦੇ ਨਾਈ ਹੈ। ਤਿਮਰ ਮੰਦ ਭਗਣ ਨੀ ਭਣਜੈ, ਹਨੇਰੇ ਨੂੰ ਮੰਦਾ ਫਿੱਕਾ ਘੱਟ ਕਰਨ ਵਾਲਾ ਕੌਣ ਹੈ ਚੰਦਰਮਾ, ਇਹ ਤਿਮਰ ਮਨ ਦਾ ਅਰਥ ਚੰਦਰਮਾ, ਅੱਗੇ ਭਗਣ ਭੈਣ ਆਵੇ ਚੰਦਰ ਭਗਾ ਨਦੀ ਪਹਿਲਾਂ ਕਹੀਏ। ਸੁਤ ਚਾਰ ਕਹਿ ਪਾਤ ਸ਼ਬਦ ਧਰੀਜੈ, ਫਿਰ ਨਦੀ ਦਾ ਪੁੱਤਰ ਕਹੋ ਕਾ, ਫਿਰ ਚਰਨ ਵਾਲਾ ਕਹੋ ਹਰਨ, ਫਿਰ ਹਰਨ ਦਾ ਮਾਲਕ ਸ਼ਬ ਸ਼ੇਰ। ਸਤਰ ਸ਼ਬਦ ਤੇ ਅੰਤ ਬਖਾਨਾ, ਅਖੀਰ ਤੇ ਬੈਰੀ ਸ਼ਬਦ ਕਹਿ ਦਿਓ ਬਦੂ ਕੀ ਹੈ। ਸਕਲ ਤਪਕ ਕੇ ਨਾਮ ਅਨਮਾਨਾ, ਅਨੁਮਾਨ ਕਰ ਲੋ ਇਹਨੂੰ ਮੱਲੋ ਵਿਸ਼ੇਸ਼ ਕਰਕੇ ਸਾਰੇ ਬਦੂਕ ਦੇ ਨਾਈ ਹੈ। ਤਿਮਰ ਆਂਤ ਕਹਿ ਭਗਣਨ ਭਾਖੋ, ਹਾਂ ਤਿਮਰ ਆਂਤ ਕਹਿ ਹਨੇਰੇ ਦਾ ਅੰਤ ਕਰਨ ਵਾਲਾ, ਹਾਂ ਹਨੇਰੇ ਦਾ ਅੰਤ ਕਰਨ ਵਾਲਾ ਕੀ ਰੋੜ ਕਰਨ ਵਾਲਾ ਉਹ ਚੰਦਰਮੈਂ, ਇਹ ਚੰਦਰਮਾ ਕਹਿ ਕੇ ਫਿਰ ਭੈਣ ਕੋ ਚੰਦਰ ਭਗਾ ਨਦੀ ਕਹਿ ਦਿਓ। ਸੁਤ ਚਾਰ ਕਹਿ ਨਾਇਕ ਪਦ ਰੱਖੋ, ਚੰਦਰ ਭਗਾ ਨਦੀ ਦਾ ਪੁੱਤਰ ਕਹੋ ਕਾ, ਉਹਨੂੰ ਫਿਰ ਚਰਨ ਵਾਲਾ ਕਹਿ ਦਿਓ ਹਰਨ ਹੋ ਗਿਆ, ਫਿਰ ਮਾਲਕ ਕਹੋ ਸ਼ੇਰ ਹੋ ਗਿਆ। ਸਤਰ ਸ਼ਬਦ ਤੇ ਅੰਤ ਬਖਾਨਾ, ਇਹਨਾਂ ਦੇ ਅਖੀਰ ਤੇ ਬੈਰੀ ਸ਼ਬਦ ਕਥਨ ਕਰ ਦੇਵੋ। ਨਾਮ ਤੁਪਕ ਕੇ ਸਕਲ ਪ੍ਰਮਾਨਾ, ਹਾਂ ਪਰ ਵਿਸ਼ੇਸ਼ ਕਮਰ ਕੋ ਰੁਕਦੇ ਨਾਈ ਹੈ ਸਾਰੇ। ਅਡਿਲ ਤਿਮਰ ਨਾਸ ਕਰ ਭਗਣ ਆਦਿ ਬਖਾਨੀ ਹੈ, ਹਨੇਰੇ ਨੂੰ ਨਾਸ਼ ਕਰ ਦੇਣ ਵਾਲਾ ਕੌਣ ਹੈ ਚੰਦਰਮਾ, ਉਹ ਕਹਿ ਕੇ ਫਿਰ ਭਗਣ ਸ਼ਬਦ ਕਹਿ ਰਹੀਏ।
ਅਗਰ ਚੰਦਰਭਗਾ ਨਦੀ ਵਾਲੀ ਧਰਤੀ ਕਹਿ ਰਹੀ ਹੈ, ਸੁਤ ਚਾਰ ਕਹਿ ਕਰ ਨਾਥ ਸ਼ਬਦ ਕਹੁ ਠਾਨੀ ਹੈ, ਧਰਤੀ ਦਾ ਪੁੱਤਰ ਕਹੋ ਕਾਉ ਖਾਣ ਵਾਲਾ ਕਹੋ ਹਰਨ ਸ਼ਰੀਸ਼ਤਰਾ ਮਾਲਕ ਕਹੋ ਸ਼ੇਰ ਹੋ ਗਿਆ। ਰਿਪ ਪਦ ਕੋ ਤਾਕੇ ਪੁੰਨ ਅੰਤ ਉਚਾਰੀਐ, ਕੀਰਤ ਬੈਰੀ ਸ਼ਬਦ ਕਹਿ ਲਈਏ, ਹੋ ਸਕਲ ਤਪਕ ਕੇ ਨਾਮ ਸੁਬੁੱਧ ਵਿਚਾਰੀਐ, ਸ੍ਰੇਸ਼ਟ ਬੁੱਧ ਵਾਲੇ ਪੁਰਸ਼ੋ ਵਿਚਾਰ ਲਈਏ, ਸਾਰੇ ਬਡੂਕ ਦੇ ਨਾਏ ਹੋ ਜਾਣਗੇ ਜਾਂ ਹੋ ਜਾਂਦੇ। ਉਡਗ ਰਾਜ ਕਹਿ ਭਗਨਨ ਆਦਿ ਬਖਾਨੀਐ, ਉਡਗਨ ਸ਼ਬਦ ਆਉਂਦਾ ਸਮੂਹ ਤਾਰਿਆਂ ਦਾ ਰਾਜਾ, ਇੱਥੇ ਉਡਗ ਨੰਨਾ ਕਾਵਿ ਵਿੱਚ ਆ ਕੇ ਅਲੋਕ ਹੋ ਗਏ। ਉਡਗਨ ਰਾਜ ਸਮੂਹ ਤਾਰਿਆਂ ਦੇ ਝੁੰਡ ਦਾ, ਤਾਰਿਆਂ ਦਾ ਰਾਜਾ ਚੰਦਰਮਾ, ਕਿਉਂ ਚੰਦਰਮਾ ਕਹਿ ਕੇ ਫਿਰ ਭਗਣ ਕਹੋ ਕਹੋ, ਇਹ ਅਰਥ ਹੋ ਗਿਆ ਚੰਦਰਭੰਗਾ ਨਦੀ ਇਹ ਪਹਿਲਾਂ ਕਹੀਏ। ਸੁਤ ਚਾਰ ਕਹਿ ਕੇ ਨਾਥ ਸ਼ਬਦ ਕਹੁ ਠਾਨੀ ਹੈ, ਉਹਦਾ ਪੁੱਤ ਕਹੋ ਉਹਨੂੰ ਚਰਨ ਵਾਲਾ ਕਹੋ, ਫਿਰ ਮਾਲ ਨਾਲ ਸ਼ਬਦ ਕਹਿ ਦਈਏ ਲਿਖ ਦਈਏ, ਸਤਰ ਸ਼ਬਦ ਕਹੁ ਤਾ ਕੇ ਅੰਤ ਉਚਾਰੀਏ, ਅਖੀਰ ਤੇ ਬੈਰੀ ਬੈਰਨ ਸ਼ਬਦ ਉਚਾਰਨ ਕਰ ਦਈਏ, ਹੋ ਸਕਲ ਤੁਪਕ ਕੇ ਨਾਮ ਸੁਮਿੱਤਰ ਵਿਚਾਰੀਏ, ਸ੍ਰੇਸ਼ਟ ਮਿੱਤਰੋ ਵਿਚਾਰ ਲਈਏ, ਸਾਰੇ ਬਦੂਕ ਦੇ ਨਾਈ ਚੌਪਈ ਉਡਗਿਸ ਕਹਿ ਭਗਣੀ ਨੀਪਨਿਜੈ, ਉਡਗ ਇਸ ਤਾਰਿਆਂ ਦਾ ਈਸ਼ਰ ਹੋ ਰਾਜਾ ਚੰਦਰਮਾ ਇਹ ਕਹਿ ਕੇ ਫਿਰ ਭੈਣ ਸ਼ਬਦ ਕਥਨ ਕਰੀਏ, ਚੰਦਰਭਗਾ ਨਦੀ ਅਰਥ ਹੋਇਆ। ਸੁਤ ਚਾਰ ਕਹਿ ਨਾਇਕ ਪਦ ਦਿਜੈ, ਫਿਰ ਨਦੀ ਦਾ ਪੁੱਤ ਕਹੋ ਕਾ ਹੋਇਆ, ਫਿਰ ਉਹਨੂੰ ਚਰਨ ਵਾਲਾ ਕਹੋ ਅਰਥ ਹੋਇਆ ਹਰਨ, ਫਿਰ ਮਾਲਕ ਕਹਿ ਦਿਓ ਸ਼ਾਮੀ ਕਹਿ ਦਿਓ ਅਰਥ ਸ਼ੇਰ ਹੋ ਗਿਆ। ਅਰ ਪਦ ਤਾ ਕੇ ਅੰਤ ਬਖਾਨਾ, ਫਿਰ ਅੱਗੇ ਸ਼ੇਰ ਦਾ ਬੈਰੀ ਸ਼ਬਦ ਕਹਿ ਦਿਓ ਬਦੂ ਕੀ ਹੈ, ਨਾਮ ਤੁਪਕ ਕੇ ਸਭ ਜੀ ਜਾਣਾ, ਸਾਰੇ ਬਦੂਕ ਦੇ ਨਾਂ ਹੈ ਆਪਣੇ ਜੀ ਵਿੱਚ ਦਿਲ ਵਿੱਚ ਜਾਣ ਲਓ ਜੀ। ਉਡਗ ਨਾਥ ਕਹਿ ਭਗਣ ਉਚਾਰੋ, ਫਿਰ ਤਾਰਿਆਂ ਦਾ ਮਾਲਕ ਕਹਿ ਕੇ ਭਗਣ ਭਗਣ ਭੈਣ ਭਗਾ ਸ਼ਬਦ ਉਚਾਰਨ ਕਰੋ, ਚੰਦਰ ਭਗਾ ਨਦੀ ਅਰਥ ਹੋ ਗਿਆ। ਸੁਤ ਚਾਰ ਕਹਿ ਪਤ ਪਦ ਕਹੁ ਡਾਰੋ, ਫਿਰ ਉਹਦਾ ਪੁੱਤਰ ਕਹੋ ਫਿਰ ਚਰਨ ਵਾਲਾ ਕਹੋ ਫਿਰ ਮਾਲਕ ਪਦ ਲਿਖ ਦਿਓ, ਰਿਪ ਪਦ ਤਾ ਕੇ ਅੰਤ ਬਖਾਨਾ, ਇਹਨਾਂ ਦੇ ਕੀਰਤ ਬੈਰੀ ਸ਼ਬਦ ਕਥਨ ਕਰ ਦਿਓ। ਸਭ ਸ੍ਰੀ ਨਾਮ ਤੁਪਕ ਜੀ ਜਾਣ, ਦਿਲ ਵਿੱਚ ਜਾਣ ਦੋ ਸਾਰੇ ਬਜ਼ੁਰਗ ਦੇ ਨਾਈ ਹੈ। ਉਡਗ ਨਿਰਪਤ ਕਹਿ ਭਗਣ ਭਗਣੀ ਪਨਿਜੈ, ਮੂੰਹ ਤਾਰਿਆਂ ਦਾ ਰਾਜਾ ਕਹੋ ਫਿਰ ਉਹਦੀ ਭੈਣ ਕਹਿ ਲਈਏ, ਮੂੰਹ ਤਾਰਿਆਂ ਦਾ ਰਾਜਾ ਚੰਦਰਮਾ ਉਹਦੀ ਭੈਣ ਚੰਦਰ ਭਗਾ ਨਦੀ ਅਰਥ ਹੋ ਗਿਆ। ਸੁਤ ਚਾਰ ਕਹਿ ਨਾਇਕ ਪਦ ਦੀਜੈ, ਨਦੀ ਦਾ ਪੁੱਤਰ ਕਹੋ ਕਾ ਹੋ ਗਿਆ, ਉਹਨੂੰ ਚਰਨ ਵਾਲਾ ਕਹੋ ਫਿਰ ਹਰਨ ਦਾ ਅਰਥ ਹੋ ਗਿਆ, ਫਿਰ ਨਾਇਕ ਕਹੋ ਸ਼ੇਰ ਅਰਥ ਹੋ ਗਿਆ। ਅਰ ਪਦ ਤਾ ਕੇ ਅੰਤ ਬਖਾਨਾ, ਵੀਰੀ ਕਹਿੰਦੇ ਬੈਰੀ ਕਹੋ ਬਜ਼ੁਰਗ ਦਾ ਅਰਥ ਹੋ ਗਿਆ ਹੈ। ਸਭ ਸ੍ਰੀ ਨਾਮ ਤੁਪਕ ਕੇ ਜਾਣ, ਸਾਰੇ ਬਦੂਕ ਦੇ ਨਾਈਏ ਜਾਣ ਲੋ ਤੁਸੀਂ। ਉਡਗ ਨਿਰਪਤ ਕਹਿ ਭਗਣ ਪਨਿਜੈ, ਫਿਰ ਕਹਿੰਦੇ ਹੈ ਜਿੰਨੇ ਤਾਰੇ ਹੈ ਉਹਨਾਂ ਦਾ ਮਾਲਕ ਕਹੋ ਇਸ਼ ਕਹੋ, ਫਿਰ ਭੈਣ ਕਹਿ ਰਹੇ ਹੋ ਚੰਦਰਮਾ ਦੀ ਭੈਣ ਚੰਦਰ ਭਗਵਾਨ ਨਦੀ ਆ ਕਰੀਏ ਸ਼ਬਦ। ਸੁਤ ਚਾਰ ਕਹਿ ਨਾਇਕ ਪਦ ਦਿੱਤੇ, ਪੁੱਤਰ ਕਹੋ ਕਹੋ ਉਹਨੂੰ ਚਰਨ ਵਾਲਾ ਖਾਣ ਵਾਲਾ ਕਹੋ ਫਿਰ ਹਰਨ ਫਿਰ ਮਾਲਕ ਕਹਿ ਰਹੇ ਹੋ ਸ਼ੇਰ, ਸਤਰ ਸ਼ਬਦ ਤੇ ਅੰਤ ਬਖਾਨੋ, ਇਹਨਾਂ ਦੇ ਅਖੀਰ ਤੇ ਬੈਰਨ ਸ਼ਬਦ ਕਹਿ ਰਹੇ ਹੋ। ਸਭ ਸ੍ਰੀ ਨਾਮ ਤੁਪਕ ਕੇ ਜਾਣੋ, ਸਾਰੇ ਬਦੂਕ ਦੇ ਨਾਈ ਜਾਣ ਲੋ।
ਲੋ ਜੀ ਅੜਿਲ ਉਡਗ ਏਸ਼ ਭਗਨਨ ਸ਼ਬਦਾਦ ਪਹਿਲਾਂ ਤਾਰਿਆਂ ਦਾ ਰਾਜਾ ਚੰਦਰਮਾ ਕਹਿ ਕੇ ਫਿਰ ਕਹਿੰਦੇ ਭੈਣ ਸ਼ਬਦ ਕਥਨ ਕਰ ਰਹੀਏ ਉਹ ਚੰਦਰ ਭਗਾ ਨਦੀ ਦਾ ਅਰਥ ਹੋ ਗਿਆ। ਸੁਤ ਚਾਰ ਕਹਿ ਕਰ ਨਾਥ ਸ਼ਬਦ ਕੋ ਠਾਨੀ ਨਦੀ ਦਾ ਪੁੱਤਰ ਕਹਿ ਰਹੇ ਹੋ ਅਰਥ ਹੋ ਗਿਆ। ਫਿਰ ਉਹ ਘਾਹ ਨੂੰ ਚਰਨ ਵਾਲਾ ਕਹਿ ਰਹੇ ਹੋ ਹਰਨ ਅਰਥ ਹੋ ਗਿਆ। ਫਿਰ ਹਰਨ ਦਾ ਮਾਲਕ ਕਹਿ ਰਹੇ ਹੋ ਸ਼ੇਰ ਅਰਥ ਹੋ ਗਿਆ। ਸਤਰ ਸ਼ਬਦ ਕੋ ਤਾਕੇ ਅੰਤ ਉਚਾਰੀ ਹੈ ਵੀਰ ਤੇ ਫਿਰ ਉਹ ਸ਼ੇਰ ਦਾ ਬੈਰੀ ਸ਼ਬਦ ਉਚਾਰਨ ਕਰਦੀ ਉਹ ਬਦੂਕੀ ਹੈ। ਹੋ ਸਕਲ ਤੁਪਕ ਕੇ ਨਾਮ ਸੁਬੁੱਧ ਜੀ ਧਾਰੀ ਹੈ ਸ੍ਰੇਸ਼ਟ ਬੁੱਧੀਵਾਨੋ ਦਿਲ ਵਿੱਚ ਧਾਰ ਲਈਏ ਸਾਰੇ ਬਲੂਕ ਦੇ ਨਾਈ ਹੋ ਜਾਂਦੇ ਹੈ। ਉੱਡ ਪਦ ਭਗਨਨ ਆਦ ਉਚਾਰਨ ਕੀਤੀ ਹੈ ਤਾਰਿਆਂ ਦਾ ਮਾਲਕ ਕਹਿ ਕੇ ਫਿਰ ਭੈਣ ਜਿਹੜਾ ਸ਼ਬਦ ਹੈ ਇਹ ਸਭ ਤੋਂ ਪਹਿਲਾਂ ਉੱਡ ਪਦ ਭਗਨ ਉਚਾਰਨ ਕਰੀਏ ਚੰਦਰ ਭਗਾ ਦਾ ਅਰਥ ਹੋ ਗਿਆ। ਸੁਤ ਚਾਰ ਕਹਿ ਕਰ ਨਾਥ ਸ਼ਬਦ ਕੋ ਦੀਜੀ ਦਾ ਪੁੱਤਰ ਕੋ ਕਹਾ ਚਰਨ ਵਾਲਾ ਕੋ ਹਰਨ ਇਸ ਤਰ੍ਹਾਂ ਕਹਿੰਦੇ ਮਾਲਕ ਫਿਰ ਸ਼ਬਦ ਲਿਖ ਦਈਏ ਸਤਰ ਸ਼ਬਦ ਕਹੋ ਤਾਂ ਕੇ ਅੰਤ ਬਖਾਨੀ ਇਹਨਾਂ ਦੇ ਕੀਤੇ ਬੈਰਨ ਸ਼ਬਦ ਕਥਨ ਕਰ ਲਈਏ। ਹੋ ਸਕਲ ਤੁਪਕ ਕੇ ਨਾਮ ਪ੍ਰਵੀਨ ਪ੍ਰਮਾਨੀ ਹੈ ਬੁੱਧੀਵਾਨੋ ਚਤਰੋ ਮੰਨ ਲਈਏ ਸਾਰੇ ਬਰੂਕ ਦੇ ਨਾਈ ਹੋ ਜਾਂਦੇ। ਚੌਪਈ ਉਡਗ ਭੂਪਣੀ ਭੂਪ ਬਖਾਨੋ ਹਾਂ ਉਡਗ ਭੂਪਣੀ ਤਾਰਿਆਂ ਦਾ ਰਾਜਾ ਚੰਦਰਮਾ ਉਹਦੀ ਜਿਹੜੀ ਭੂਪਣੀ ਹੈ ਉਹਦੀ ਘਰਵਾਲੀ ਕੀ ਹੈ ਉਹ ਅੱਗੇ ਰਾਤ ਹੈ ਇਸ ਤਰ੍ਹਾਂ ਕਹਿੰਦੇ ਉਡਗ ਭੂਪਣੀ ਬਖਾਨੋ ਯਾਨੀ ਜਿਹੜੀ ਚੰਦਰਮਾ ਵਾਲੀ ਰਾਤ ਕਹੋ ਚੰਦਰ ਭਗਾ ਨਦੀ ਅਰਥ ਹੋ ਗਿਆ ਤੇ ਜਿਹੜਾ ਇਹਦੇ ਨਾਲ ਸੰਬੰਧ ਰੱਖਣ ਵਾਲੀ ਉਹ ਹੈ ਉਹ ਆਪਣਾ ਉੱਤੋਂ ਗ੍ਰਹਿਣ ਕਰੋ ਚੰਦਰ ਭਗਾ ਨਦੀ ਹੋ ਗਿਆ ਅਰਥ। ਸੁਤ ਚਾਰ ਕਹਿ ਨਾਇਕ ਪਦ ਠਾਨੋ ਹਾਂ ਫਿਰ ਇਸ ਤਰ੍ਹਾਂ ਸੁਰ ਚਰ ਕਹਿ ਦਿਓ ਫਿਰ ਨਾਇਕ ਪਦ ਲਿਖ ਦਿਓ ਫਿਰ ਇਸ ਤਰ੍ਹਾਂ ਇਹ ਪੁੱਤਰ ਕਹਿ ਦਿਓ ਚਰਨ ਵਾਲਾ ਕਹਿ ਦਿਓ ਸਵਾਮੀ ਪਦ ਲਿਖ ਦਿਓ ਸਤਰ ਸ਼ਬਦ ਕਹ ਬਹਰ ਪਣਜੈ ਅਖੀਰ ਤੇ ਬੈਰੀ ਸ਼ਬਦ ਉਚਾਰਨ ਕਰ ਨਾਮ ਤੁਪਕ ਕੇ ਸਭ ਲਹਿ ਲਿਜੈ ਬਰੂਖ ਦੇ ਨਾਈ ਜਾਣ ਲੱਗੇ ਜੀ ਤਾਰਾ ਪਤ ਕਹਿ ਭਗਨਨ ਭਾਖੋ ਸਾਰੇ ਤਾਰਿਆਂ ਦਾ ਮਾਲਕ ਕਹਿ ਕੇ ਫਿਰ ਉਹਦੀ ਭੈਣ ਸ਼ਬਦ ਕਹੋ ਤੁਸੀਂ ਉਹ ਚੰਦਰ ਭਗਾ ਨਦੀ ਅਰਥ ਹੋ ਗਿਆ। ਸੁਤ ਚਾਰ ਕਹਿ ਨਾਇਕ ਪਦ ਰਾਖੋ ਫਿਰ ਨਦੀ ਆ ਪੁੱਤਰ ਕਹੋ ਉਹਦੇ ਚ ਉਹਨੂੰ ਕਹਾ ਇਸ ਤਰ੍ਹਾਂ ਫਿਰ ਚਰਨ ਵਾਲਾ ਕਹੋ ਫਿਰ ਮਾਲਕ ਪਦ ਰੱਖ ਦਿਓ ਸਤਰ ਸ਼ਬਦ ਕਹੋ ਬਹਰ ਉਚਾਰੋ ਅਖੀਰ ਤੇ ਬੈਰੀ ਸ਼ਬਦ ਉਚਾਰਨ ਕਰ ਦੇਵੋ ਜੀ ਸਭ ਸ੍ਰੀ ਨਾਮ ਤੁਪਕ ਜੀ ਧਾਰੋ ਹਾਰੇ ਬਦੂਕ ਦੇ ਨਾਈ ਹੈ ਦਿਲ ਵਿੱਚ ਧਾਰ ਲਓ ਤਾਰੇ ਸਰ ਕਹਿ ਭਗਨ ਉਚਾਰੋ ਤਾਰਿਆਂ ਦਾ ਈਸ਼ਰ ਕਹਿ ਕੇ ਫਿਰ ਭੈਣ ਕਹਿ ਦਿਓ ਚੰਦਰ ਭਗਾ ਨਦੀ ਕਹਿ ਦਿਓ ਸੁਤ ਚਾਰ ਕਹਿ ਨਾਇਕ ਪਦ ਡਾਰੋ ਫਿਰ ਪੁੱਤਰ ਕਹਿ ਕੇ ਫਿਰ ਚਰਨ ਵਾਲਾ ਕਹਿ ਕੇ ਮਾਲਕ ਪਦ ਲਿਖ ਦਿਓ ਸਤਰ ਸ਼ਬਦ ਤੇ ਅੰਤ ਬਖਾਨਾ ਗਿਰੀ ਬੈਰੀ ਸ਼ਬਦ ਕਹਿੰਦੇ ਕਥਨ ਕਰ ਦਿਓ ਸਭ ਸ੍ਰੀ ਨਾਮ ਤੁਪਕ ਕੇ ਜਾਣੋ ਸਾਰੇ ਬਦੂਕ ਦੇ ਨਾ ਹੀ ਹੈ ਤੁਸੀਂ ਜਾਣ ਲਓ ਜੀ ਤਾਰਾ ਲਏਸ ਭਗਨ ਬਖਾਨੋ ਹਾਂ ਤਾਰਿਆਂ ਦਾ ਘਰ ਕੀ ਹੈ ਉਹ ਰਾਤ ਹੀ ਹੈ ਰਾਤ ਨੂੰ ਤਾਰਿਆਂ ਦਾ ਘਰ ਰਾਤ ਹੈ ਇਸ ਕਰਕੇ ਤਾਰ ਹਲ ਹੈ ਤਾਰਿਆਂ ਦਾ ਘਰ ਰਾਤ ਉਹਦਾ ਇਸ ਮਾਲਕ ਰਾਜ ਦਾ ਤਾਰ ਹਲ ਇਸ ਭਗਨ ਬਖਾਨੋ ਹਾਂ ਇਸ ਤਰ੍ਹਾਂ ਰਾਤ ਕਹਿ ਕੇ ਫਿਰ ਰਾਤ ਦਾ
ईश्वर को चंद्रमा फिर भैन को चंद्र भगा नदी अर्थ बन गया। सुत चार कह पात शब्द परमानो फिर ओदा पुत कहो का हो गया। फिर उन चरण वाला कह दो हरण अर्थ बन गया। फिर अगे मालक कह दो स्वामी अर्थ शेर हो गया। ताके अंत सतर पद कही है इन्हां दे कीर्ते बैरन शब्द कहंदे कह रही बरूप है सब श्री नाम तुपक के लही है ऐ सारे नाम बस बरूक दही है खालसा जी या कवि लोको जान लगे समझ लगे इस तरह कोशा विचों अनेक ना लै लैके समुद्र दे चंद्रमा दे तारिया दे अखीरी आदेश पूर्ण राही ये बलूक का नाम आप जी ने कथन कर दिता है वो आप पढ़िया सुनिया विचारे अगे जिमें गुरु कलगीधर पातशाह जी इसे दृष्टकूटा राही होर भी ना कथन करनगे वो कल दे दीवान विच पढ़ा सुनांगे जी। ताके अंत सतर पद कहिए सब श्री नाम तुपक के लहिए। वाहिगुरु जी का खालसा वाहिगुरु जी आचत हे पार ब्रह्म अविनाशी अगनास हे पूरन हे सर्वमय दुख भंजन गुणतास हे संगी हे निरंकार हे निर्गुण सब ते हे गोविंद हे गुण निधान जानके सदा भवे हे अपरंपर हर हरे ऐपी होवन हार हे संतां कै सदा संग निदाराया धार हे ठाकुर हों दास रूप निर्गुण गुण नहीं को नानक दी जय नाम दान रखो ही है परो आए प्रभ शरणांगति कृपा निद दयाल एक एक हर मन वसत नानक हो निहाल वाहिगुरु नाम जहाज है चढ़े सो तरे पार जो सरदा कर से बंदे गुरु पारे उतारन हार जो सरदा कर